ਇਹ ਨਹੀਂ ਦਿਖਾਣਾ ਹਲੇ ਅਸੀਂ ਤੇ ਅਸੀਂ 5405 ਵਾਲਾ ਮੀਟਰ ਪਾ ਰਹੇ ਹਾਂ ਹਲੇ हाँ जी, सत श्री अकाल जी सारयां नूं। की हाल चाल है जी सारयां दा? होप करदा तुसीं सारे जाने मेरे वांगू ठीक होगे। तो स्वागत है जी अज दे नवें ब्लॉग च तुहाडा। हाँ जी मित्रों, तरीक अज हो गई है जी 9 जनवरी 2022। सो तुसीं देख सकदे हो वी मीह ने पूरा कहर कमाता। आ ट्रैक्टर ए हिसाब लाओ कि सानू इन्ना कि इहदे वास्ते जतन करना पै गया ना कि पुछो ही कुछ ना। लास्ट ब्लॉग जो तुसीं देखिया होना मैं शैड च ला के आया सीगा, ठीक है जी। पर सानू लियाना सीगा रेह, तो रेह लियाउण करके मैं सोचा भी यार उत्थों कौन लियाऊगा, तो इत्थे घरे ही लै आउने आ, घरों ही फिर लै दांगे। सो जी कल इदां होया, कल मीह रुके ना फिर असीं लाया जगाड़। असीं लियांदा आर्टिगा का कवर, ठीक है जी। मेरे को एक गड्डी है नवी आर्टिगा, सो उहदा कवर नाल मिलिया सी, उहनूं तां ढकदे ढुकदे नहीं सी, पर फिर ये लाया जगाड़। आ देखो लिंकां ते आ लाता, ठीक है, क्योंकि हुण मीह इन्ना ज़्यादा सीगा बचाउणा भी सी। सो जी फिर जदों देखिया साडे कोल कोई जगाड़ मिले ना, सानूं ट्रैक्टर अंदर हुंदा नहीं, अंदर करदे हुंदे सी, पर चक्कर पता की है बई ट्रैक्टर ना टैलां तोड़न लग गया। तुहानूं मैं दिखाउणा वा, आ देखो आ टैल टुट्टी हुई, उह नाल वाली टैल भी तोड़ती, ठीक है। सो तां करके फिर आपां ना भी किते इह ना होवे इत्थे ना बई सी, उह आ मेन होल आ, ਇਹ ਵੀ ਹੋਵੇ ਕਿਤੇ ਥੱਲੇ ਹੀ ਲੰਘ ਜਾਵੇ ਟਾਇਰ, ਫਿਰ ਔਖਾ ਹੋ ਜਾਊਗਾ, ਸਾਰਾ ਫਰਸ਼ ਭੰਨਣਾ ਪੈ ਪਟਾਉਣਾ ਪੈ ਜਾਊਗਾ। ਇਸ ਕਰਕੇ ਅਸੀਂ ਬਾਹਰ ਹੀ ਲਾ ਦਿੰਦੇ, ਕਿਉਂਕਿ ਹੁਣ ਬਾਰਿਸ਼ਾਂ ਦਾ ਮੌਸਮ ਇੰਨਾ ਰਹਿ ਨਹੀਂ ਸੀ ਗਿਆ, ਅਤੇ ਹੁਣ ਇਹ ਜਿਹੜੀ ਬਾਰਿਸ਼ਾਂ ਇਹ ਵੀ ਸੋਚਿਆ ਸੀ ਇੱਕ ਅੱਧੇ 2 ਦਿਨ ਦੀਆਂ ਹੋਣਗੀਆਂ ਜ਼ਿਆਦਾਤਰ, ਪਰ ਲੰਬਾ ਕੰਮ ਖਿੱਚ ਗਿਆ। ਅਤੇ ਬਾਈ ਫਿਰ ਤੁਸੀਂ ਹਿਸਾਬ ਲਾਓ ਵੀ ਇਹੋ ਜਿਹੀ ਜਗਾੜ ਲਾਉਣਾ ਪਿਆ ਸਾਨੂੰ ਤਾਂ, ਠੀਕ ਹੈ। ਇਸ ਆਰਟੀਕਾ ਦੇ ਕਵਰ 'ਚ ਬੰਨਿਆ, ਠੀਕ ਹੈ। ਅਤੇ ਉੱਦਣ ਕੀ ਹੋਇਆ, ਪੱਲੀ ਵੀ ਨਹੀਂ ਲਿਆਉਂਦੇ ਆਪਾਂ, ਪੱਲੀ ਲੈ ਕੇ ਆਉਂਦੇ ਫਿਰ ਤਾਂ ਇੰਨੀ ਚਲੋ ਚੱਕਰ ਨਹੀਂ, ਪੱਲੀ ਪਾ ਦਿੰਦੇ। ਅਤੇ ਹੁਣ ਸੋਚਿਆ ਵੀ ਇਹਦਾ ਇੱਕ ਨਾ ਵਾਟਰਪਰੂਫ ਕਵਰ ਆਪਾਂ ਬਣਵਾਵਾਂਗੇ ਸਾਰੇ ਟਰੈਕਟਰ ਦਾ, ਠੀਕ ਹੈ ਜੀ। ਸਾਡੇ ਇੱਥੇ ਕੈਂਟ 'ਚ ਕਬਾੜੀ ਮਾਰਕੀਟ ਹੈਗੀ ਆ, ਉੱਥੇ ਜਾਵਾਂਗੇ, ਉੱਥੋਂ ਬਣਵਾ ਕੇ ਲੈ ਕੇ ਆਵਾਂਗੇ। ਅਤੇ ਕਿਉਂਕਿ ਇੱਦਾਂ ਹੁੰਦਾ, ਜ਼ਰੂਰੀ ਨਹੀਂ ਆ ਵੀ ਚਲੋ ਆਪਾਂ ਉਰੇ ਖੜਾਉਣਾ, ਤਾਂ ਸਾਨੂੰ ਲੋੜ ਆ। ਕਈ ਵਾਰ ਇੱਦਾਂ ਹੁੰਦਾ ਬੰਦਾ ਬਾਹਰ ਜਾਂਦਾ, ਠੀਕ ਹੈ, ਉੱਥੇ ਜ਼ਰੂਰਤ ਪੈ ਜਾਂਦੀ ਹੈ। ਅਤੇ ਮੈਂ ਸੋਚਿਆ ਕਿ ਕੋਈ ਇਹੋ ਜਿਹਾ ਕੰਪੈਕਟ ਸਮਾ ਚੀਜ਼ ਬਣ ਜਾਵੇ ਕਿ ਜਿਹੜੀ ਟਰੈਕਟਰ ਦੇ ਨਾਲ ਹੀ ਰਹੇ, ਠੀਕ ਹੈ ਜੀ। ਦੇਖ ਰਿਹਾ ਕੁਛ, ਸੋਚ ਰਿਹਾ ਇਹੋ ਜਿਹਾ, ਅਗਰ ਇਹੋ ਜਿਹਾ ਕੁਛ ਬਣਦਾ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ ਉਹ ਚੀਜ਼। ਕਿਉਂਕਿ ਉਹ ਚੀਜ਼ ਇਹੋ ਜਿਹੀ ਹੈ ਕਿ ਆਪਣੇ ਟਰੈਕਟਰ 'ਚ ਹੁਣ ਮੰਨ ਲਓ ਜਿਵੇਂ ਸਿਸਟਮ ਲੱਗਿਆ ਹੋਇਆ, ਬਾਕੀ ਚੀਜ਼ਾਂ ਲੱਗੀਆਂ ਹੋਈਆਂ, ਤਾਂ ਥੋੜ੍ਹਾ ਜਿਹਾ ਖਤਰਾ ਰਹਿੰਦਾ ਪਾਣੀ ਨਾਲ ਉਹਨਾਂ ਨੂੰ, ਠੀਕ ਹੈ ਜੀ। ਸੋ ਫਿਲਹਾਲ ਤਾਂ ਅੱਜ ਤਾਂ ਬਾਰਿਸ਼ ਆ, ਮੇਰੇ ਖਿਆਲ ਨਾਲ ਅੱਜ ਆਪਣਾ ਕੋਈ ਖਾਸ ਕੰਮ ਹੋਣਾ ਨਹੀਂ ਹੈ। ਸੋ ਆਪਾਂ ਵਲੋਗ ਨੂੰ ਕੰਟੀਨਿਊ ਕੱਲ੍ਹ ਕਰਾਂਗੇ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਸੋ ਅੱਜ ਜੀ ਅਗਲਾ ਦਿਨ, ਅੱਜ ਬਾਰਿਸ਼ ਪਈ ਨਹੀਂ ਸੀ, ਸੋ ਆਪਾਂ ਟਰੈਕਟਰ ਦੀ ਜਿਹੜੀ ਛੋਟੀ ਜਿਹੀ ਇੱਕ ਹੋਰ ਮੋਡੀਫਿਕੇਸ਼ਨ ਕਰਨੀ ਸੀਗੀ, ਅਤੇ ਕਾਫੀ ਦਿਨ ਦਾ ਪਲਾਨ ਸੀਗਾ, ਅੱਜ ਆਪਾਂ ਇਹਨੂੰ 5405 ਵਾਲਾ ਮੀਟਰ ਲਾਵਾਂਗੇ, 5210 ਨੂੰ 5405 ਵਾਲਾ ਮੀਟਰ ਲਾਵਾਂਗੇ। ਹੁਣ ਇਹ ਤੁਸੀਂ ਅੱਗੇ ਅੱਗੇ ਵੀਡੀਓ ਦੇ ਨਾਲ ਬਣੇ ਰਹੋ, ਫਿਰ ਦੇਖਿਓ ਆਪਾਂ ਕਿਵੇਂ ਲਾਵਾਂਗੇ। ਵਿਸ਼ੂ ਨੇ ਕਰਤਾ ਮੀਟਰ ਨੂੰ ਖੋਲ੍ਹਣਾ ਸਟਾਰਟ, ਕਿਉਂਕਿ ਇਹਦੀ ਅਸੈਂਬਲੀ ਜਿਹੜੀ ਹੈ ਨਾ, ਇਹ ਫਿਰ ਮੈਂ ਤੁਹਾਨੂੰ ਲਾਸਟ 'ਚ ਦੱਸ ਦੂੰਗਾ ਕਿਵੇਂ ਕਿਵੇਂ ਖੋਲ੍ਹਣੀ ਹੈ, ਕਿਵੇਂ ਕਿਵੇਂ ਲੱਗਣਾ, ਇਹ ਮੈਂ ਤੁਹਾਨੂੰ ਲਾਸਟ 'ਚ ਕਲੀਅਰ ਕਰ ਦੂੰਗਾ। ਫਿਲਹਾਲ ਆਪਾਂ ਇਹਨੂੰ ਕਰ ਲਈਏ, ਖੋਲ੍ਹ ਲਈਏ ਮੀਟਰ ਨੂੰ, ਖੋਲ੍ਹ ਕੇ ਫਿਰ ਤੁਹਾਨੂੰ ਦਿਖਾਉਣਾ ਜੀ। ਹਾਂਜੀ ਬਾਬਿਓ, ਆਹ ਦੇਖੋ ਵਿਸ਼ੂ ਨੇ ਖੋਲ੍ਹਤਾ ਸੀ, ਇਹ ਬਾਈ ਪੈਨਲ ਖੋਲ੍ਹਣਾ ਇੱਕ ਸਾਈਡ ਦਾ, ਠੀਕ ਹੈ, ਤਾਂ ਮਤਲਬ ਮੀਟਰ ਹੋ ਜੂਗਾ। ਇਹ ਨਹੀਂ ਦਿਖਾਉਣਾ ਹਾਲੇ ਅਸੀਂ, ਤਾਂ ਅਸੀਂ 5405 ਵਾਲਾ ਮੀਟਰ ਪਾ ਰਹੇ ਹਾਂ ਹਲੇ। ਸੋ ਇਹ ਮੀਟਰ ਖੋਲ੍ਹ ਰਹੇ ਹਾਂ ਆਪਾਂ, ਖੋਲ੍ਹ ਕੇ ਫਿਰ ਤੁਹਾਨੂੰ ਅੱਗੇ ਦਾ ਦਿਖਾਉਣਾ ਪ੍ਰੋਸੈਸ ਕੀ ਹੋਊਗਾ। ਕੰਮ ਹੋ ਗਿਆ ਆਪਣਾ, ਮਤਲਬ ਹਾਫ ਡਨ ਹੋ ਗਿਆ, ਫਿੱਟ ਕਰਾਂਗੇ ਫਿਰ ਦਿਖਾਵਾਂ ਤੁਹਾਨੂੰ ਬਾਕੀ ਦਾ। ਪਰ ਮੈਂ ਤੁਹਾਡੀ ਨੌਲੇਜ ਲਈ ਦੱਸਦਾ, 5405 ਵਾਲਾ ਤਾਂ ਮੈਂ ਮਜ਼ਾਕ ਕਰ ਰਿਹਾ ਸੀਗਾ, ਕਿਉਂਕਿ ਉਹ ਮੀਟਰ ਇਹਨਾਂ 'ਚ ਨਹੀਂ ਲੱਗ ਸਕਦਾ, ਕਿਉਂਕਿ ਉਹ ਕਾਫੀ ਹਾਈਟੈਕ ਹੈ, ਮਤਲਬ 5405 ਤੋਂ ਇਹਦੇ ਕਾਫੀ ਜ਼ਿਆਦਾ ਫੀਚਰ ਅਲੱਗ ਨੇ, ਠੀਕ ਹੈ, ਇਸ ਕਰਕੇ ਉਹ ਮੀਟਰ ਐਗਜੈਕਟ ਤਾਂ ਨਹੀਂ ਲੱਗ ਸਕਦਾ। ਪਰ ਆਪਾਂ ਚੇਂਜ ਕੀਤਾ ਜੀ ਇਹਦੇ 'ਚ, ਚੇਂਜ ਹੁਣ ਤੁਸੀਂ ਮੈਂ ਤੁਹਾਨੂੰ ਕਰ ਦਿਖਾਉਂਦਾ ਇੱਕ ਵਾਰੀ, ਵੈਸੇ ਰਾਤ 'ਚ ਪਤਾ ਲੱਗੇਗਾ ਤੁਹਾਨੂੰ, ਇੱਦਾਂ ਪਤਾ ਨਹੀਂ ਲੱਗਣਾ, ਠੀਕ ਹੈ, ਪਰ ਥੋੜ੍ਹਾ ਜਿਹਾ ਜੇ ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਜੱਜ ਕਰ ਸਕਦੇ ਹੋ ਵੀ ਹਾਂ ਆਪਾਂ ਕੀ ਚੇਂਜ ਕੀਤਾ। ਸੋ ਇਹਦੇ ਅੰਦਰ ਜੀ ਆਪਾਂ ਨੇ 2 ਬੱਲਬ ਚੇਂਜ ਕੀਤੇ ਆ ਮੀਟਰ ਖੋਲ੍ਹ ਕੇ ਨਾ, ਇਹ ਬਸ ਤੁਸੀਂ ਸਾਈਡਾਂ ਤੋਂ ਪੈਨਲ ਖੋਲ੍ਹ ਲੈਣਾ, ਆਹ ਵਾਲਾ ਪੈਨਲ ਇੱਧਰ ਵਾਲਾ ਖੁੱਲ ਜਾਏਗਾ, ਆਹ ਪਿੱਛੇ ਹੈ ਜੀ ਇੱਕ ਹਰੀ ਤਾਰ ਵਾਲਾ ਬੱਲਬ ਹੈ, ਆਹ ਵਾਲਾ ਇੱਕ, ਹਾਂ ਹੋਲਡਰ ਇੱਕ ਆਹ ਖੋਲ੍ਹ ਲੈਣਾ ਜੀ, ਇੱਕ ਪਰਾਂ ਹੈ ਸੇਮ ਇੱਦਾਂ, ਇਹ 2 ਬੱਲਬ ਚੇਂਜ ਕਰ ਦੇਣੇ ਆ, ਇਹ ਬਿਲਕੁਲ ਵਾਈਟ ਹੋ ਜੂਗਾ ਜੀ ਮੀਟਰ, ਅਤੇ ਇੰਨਾ ਕਿ ਇਹਦਾ ਪ੍ਰੋਸੈਸ ਹੈ, ਪਰ ਇਹ ਲੱਗੂਗਾ ਬਹੁਤ ਸੋਹਣਾ। ਰਾਤ ਦੀ ਲੁੱਕ ਜਿਹੜੀ ਉਹ ਮੈਂ ਤੁਹਾਨੂੰ ਦਿਖਾਵਾਂਗਾ, ਅਤੇ ਹੁਣ ਮੈਂ ਇਹਨੂੰ ਪੈਕ ਕਰਾ ਲਾਂ ਫਿਰ ਤੁਹਾਨੂੰ ਦਿਖਾਉਣਾ ਅੱਗੇ। ਹਾਂਜੀ ਬਾਬੇ, ਕੰਮ ਹੋ ਗਿਆ ਸੀ ਡਨ ਆਪਣਾ, ਸਾਰਾ ਪੈਕ ਕਰ ਲਿਆ ਸੀ ਆਪਾਂ, ਅਤੇ ਦੁਕਾਨ ਤੁਹਾਨੂੰ ਪਤਾ ਜਿਵੇਂ ਲੋਕਡਾਊਨ ਦਾ ਟਾਈਮ ਚੱਲ ਗਿਆ, 6 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ, ਮੈਂ ਚਲੇ ਗਿਆ ਸੀ ਕਿਤੇ ਕੰਮ, ਮਨਿੰਦਰ ਬਾਈ ਨਾ ਤੁਹਾਨੂੰ ਪਤਾ ਆਪਣਾ ਯਾੜੀ ਆ ਮਨਿੰਦਰ ਮੰਨੀ, ਸੋ ਉਹਦੇ ਨਾਲ ਕਿਤੇ ਕੰਮ ਗਿਆ ਸੀਗਾ। ਹੁਣ ਮੈਂ ਤੁਹਾਨੂੰ ਦਿਖਾਉਂਦਾ ਕਿ ਆਪਾਂ ਕੀ ਚੇਂਜ ਕੀਤੇ ਆ ਮੀਟਰ 'ਚ, ਠੀਕ ਹੈ, ਅਤੇ ਉਹ ਤੁਹਾਨੂੰ ਹੁਣ ਦਿਖਾਉਂਦਾ। ਯਾਰ ਆਹ ਬੜੀ ਪ੍ਰੋਬਲਮ ਆ ਰਹੀ ਹੈ, ਪਹਿਲਾਂ ਇਹ ਚੈੱਕ ਕਰੋ, ਇਹ ਲਾਈਟਾਂ 'ਚ ਨਾ ਬਸ ਆਹ ਦਿੱਕਤ ਆ ਰਹੀ ਹੈ, ਮੋਇਸਚਰ ਆ ਜਾਂਦਾ, ਹੁਣ ਇਹ ਵੀ ਚੇਂਜ ਕਰਾਂਗੇ। ਫਿਲਹਾਲ ਮੈਂ ਰੋਡ 'ਤੇ ਹੀ ਹਾਂ, ਵਿਸ਼ੂ ਚਾਬੀ ਇਹਦੀ ਲੱਗ ਰਹੀ ਹੈ, ਠੀਕ ਹੈ, ਮੈਂ ਤੁਹਾਨੂੰ ਦਿਖਾਉਂਦਾ ਬਾਈ।
ਪਹਿਲਾਂ ਫਲੈਸ਼ ਆਫ ਕਰਦਾ ਦੁਬਾਰਾ ਵੀਡੀਓ ਸਟਾਰਟ ਕਰਦਾ ਮੈਂ। ਹਾਂਜੀ ਬਾਬਿਓ ਇਹ ਆ ਦੇਖੋ ਮੀਟਰ ਹੁਣ ਆਪਾਂ ਬੰਦ ਕੀਤਾ ਹੋਇਆ ਆਪਾਂ ਜਿਵੇਂ ਪਾਰਕਿੰਗ ਓਨ ਕਰਦੇ ਹਾਂ ਇਹ ਦੇਖੋ ਜੀ ਇਹਨੂੰ ਆਪਾਂ ਵਾਈਟ ਕਰਤਾ ਪਹਿਲਾਂ ਜਿਹੜਾ ਉਹ ਹਾਈਲੋਜਨ ਬੱਲਬ ਆਉਂਦੇ ਆ ਜੀ ਇਹਦੇ 'ਚ ਇਹ 5405 ਵਾਲਾ ਸਿਸਟਮ ਕਰਦਾ ਬਸ ਉਹਦੇ 'ਚ ਇਹ ਆ ਜੀ ਜਿਹੜੇ ਆਪਣੇ ਆ ਮੀਟਰ ਹੁੰਦਾ ਜਿਹ 'ਚ ਘੰਟੇ ਨਜ਼ਰ ਆਉਂਦੇ ਆ ਉਹ ਗ੍ਰੀਨ ਕਲਰ ਦਾ ਹੁੰਦਾ ਸੋ ਇੰਨਾ ਡਿਟੇਲ 'ਚ ਤਾਂ ਹੋ ਨਹੀਂ ਪਾਇਆ ਕਿਉਂਕਿ ਉਹਦੀਆਂ ਬਹੁਤ ਛੋਟੀਆਂ ਲਾਈਟਾਂ ਉਹ ਰਿਪਲੇਸ ਨਹੀਂ ਹੋ ਸਕਦੀਆਂ ਪਰ ਇਹ ਤੁਸੀਂ ਕਰ ਸਕਦੇ ਹੋ ਕਾਫੀ ਲੁੱਕ ਸੋਹਣੀ ਆ ਜਾਂਦੀ ਹੈ ਇਹਦੇ ਨਾਲ ਨਾ ਟਰੈਕਟਰ ਦੀ ਕਾਫੀ ਲੁੱਕ ਚੇਂਜ ਹੋ ਗਈ ਆ ਰਾਈਡਰ ਦੇਖ ਲਓ ਜੀ ਪਹਿਲਾਂ ਆਪਾਂ ਵਲੌਗ ਬਾਅਦ 'ਚ ਕਰ ਲੈਂਦੇ ਹਾਂ ਪਹਿਲਾਂ ਇਹਨੂੰ ਹੀ ਜਾ ਲੈਂਦੋ ਲਓ ਜੀ ਲੁੱਕ ਬਹੁਤ ਜ਼ਿਆਦਾ ਵਧੀਆ ਹੋ ਗਈ ਇਹਦੇ ਨਾਲ ਅਤੇ ਆਪਾਂ ਜੇ ਰੂਫ ਲਾਈਟ ਬੰਦ ਕਰਕੇ ਦਿਖਾਉਣਾ ਤੁਹਾਨੂੰ ਦੇਖੋ ਘੈਂਟ ਲੱਗਦਾ ਬਾਈ ਹਾਲੋਜਨ ਜੀ ਘੈਂਟ ਨਹੀਂ ਸੀ ਲੱਗਦੀ ਪਰ ਇਹ ਸੋਹਣਾ ਲੱਗਦਾ ਬਾਕੀ ਕੋਈ ਸਵਾਲ ਪੁੱਛਣਾ ਹੋਵੇ ਤਾਂ ਇੰਸਟਾਗ੍ਰਾਮ 'ਤੇ DM ਕਰ ਦਿਓ ਅਤੇ ਮੈਂ ਰੀਲਾਂ ਪਾਉਂਦਾ ਰਹਿੰਦਾ ਵੈਸੇ ਇੰਸਟਾਗ੍ਰਾਮ 'ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੋ ਜੀ ਆਪਾਂ ਹੁਣ ਆਪਣੇ ਸਾਰੇ ਪਲੈਟਫਾਰਮ ਸਟਾਰਟ ਕਰ ਲਿਆ ਤੁਹਾਨੂੰ ਅੱਗੇ ਫਲੈਸ਼ ਹੋ ਜਾਣਗੇ ਆਪਾਂ ਸਨੈਪਚੈਟ ਕਰ ਲਿਆ ਜੀ ਫੇਸਬੁੱਕ ਕਰ ਲਿਆ ਦੁਬਾਰਾ ਤੋਂ ਚਾਲੂ ਆਪਣਾ ਠੀਕ ਹੈ ਅਤੇ ਇੰਸਟਾਗ੍ਰਾਮ ਇਹ ਤਿੰਨਾਂ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਅਤੇ ਆਪਾਂ ਘੈਂਟ ਘੈਂਟ ਰੀਲਾਂ ਪਾਉਂਦੇ ਰਹਿੰਦੇ ਹਾਂ ਸਨੈਪਸ ਪਾਉਂਦੇ ਰਹਿੰਦੇ ਹਾਂ ਤੁਹਾਨੂੰ ਨੌਲੇਜ ਵਾਲੀਆਂ ਚੀਜ਼ਾਂ ਉੱਥੇ ਦੇਖਣ ਨੂੰ ਜ਼ਰੂਰ ਮਿਲਣਗੀਆਂ ਜੀ ਅਤੇ ਆਪਾਂ ਵਾਈਟ ਕਰਤਾ ਮੀਟਰ ਬਹੁਤ ਘੈਂਟ ਲੱਗ ਰਿਹਾ ਇਹਦਾ ਜਿਹੜਾ ਪ੍ਰੋਸੈਸ ਹੈ ਉਹ ਮੈਂ ਤੁਹਾਨੂੰ ਸਾਰਾ ਦੱਸਤਾ ਵੀ ਕਿੱਦਾਂ ਕਰਨਾ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਖੋਲਣੀ ਆ ਸੋ ਹੁਣ ਤੁਸੀਂ ਸਮਝ ਹੀ ਗਹੋਗੇ ਕਿ ਆਪਾਂ ਕੀ ਚੇਂਜ ਕੀਤਾ ਕਿੱਦਾਂ ਚੇਂਜ ਕੀਤਾ ਸੋ ਹੋਪ ਕਰਦਾ ਵੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਇਨਫੋਰਮੇਸ਼ਨ ਵਾਲੀ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਮੇਰੇ ਵੀਰ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਇੱਦਾਂ ਹੀ ਹੁਣ ਛੋਟੀਆਂ ਛੋਟੀਆਂ ਮੋਡੀਫਿਕੇਸ਼ਨਸ ਲੈ ਕੇ ਆਉਂਦੇ ਰਹਿਣਾ ਮੇਰਾ ਮੋਟਿਵ ਇਹ ਹੁੰਦਾ ਵੀਰ ਪੈਸਾ ਲਾਓ ਪਰ ਇੱਕ ਵਾਜਿਬ ਚੀਜ਼ 'ਤੇ ਅਤੇ ਵਧੀਆ ਤਰੀਕੇ ਨਾਲ ਜਿਹੜਾ ਸੋਹਣੀ ਵੀ ਲੱਗੇ ਦੇਖਣ 'ਚ ਸੋ ਆਪਾਂ ਇਸ ਤਰੀਕੇ ਦਾ ਕੰਮ ਕੀਤਾ ਸੋ ਜੀ ਇਹ ਮੀਟਰ ਦੀ ਲਾਈਟਾਂ ਚੇਂਜ ਕਰਨ ਵਾਸਤੇ ਨਾ ਪਹਿਲਾਂ ਮੈਂ ਯੂਟਿਊਬ 'ਤੇ ਸ਼ੇਅਰ ਕੀਤਾ ਸੀ ਵੀ ਕੋਈ ਇੱਕ ਵੀਡੀਓ ਮਿਲ ਜਾਵੇ ਮੈਨੂੰ ਵੀਡੀਓ ਤਾਂ ਮਿਲੀ ਪਰ ਉਸ ਵੀਰ ਨੇ ਨਾ ਬਹੁਤ ਅਲੱਗ ਹੀ ਤਰੀਕੇ ਨਾਲ ਕੀਤਾ ਹੋਇਆ ਪਰ ਉਹ ਆਪਣੇ ਇੱਥੇ ਦਾ ਨਹੀਂ ਕਾਫੀ ਐਮਪੀ ਉਮਪੀ ਸਾਈਡ ਦਾ ਹੈ ਵੀਰ ਅਤੇ ਉਹਨੇ ਜੋਂਡੀਅਰ 'ਚ ਕੀਤਾ ਇੱਦਾਂ ਪਰ ਉਹਨੇ ਨਾ ਕਾਫੀ ਬੇਢੰਗੇ ਜਿਹੇ ਤਰੀਕੇ ਨਾਲ ਕਰ ਬੈਠਾ ਉਹ ਮੀਟਰ ਵੀ ਖਰਾਬ ਕਰ ਲਿਆ ਉਹਨੇ ਸੋ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਸੇਮ ਇੱਦਾਂ ਹੀ ਕਰਿਓ ਕੁਛ ਨਹੀਂ ਕਰਨਾ ਤੁਸੀਂ ਜਸਟ ਦੋ ਬੱਲਬ ਹੀ ਪਾਉਣੇ ਆ 100 ਰੁਪਏ ਦਾ ਤੁਹਾਡੀ ਇਨਵੈਸਟਮੈਂਟ ਹੈ ਪਰ ਇਹ ਚੀਜ਼ ਸੋਹਣੀ ਹੋ ਜੂਗੀ ਬਾ ਹੁਣੇ ਤੋਂ ਸਬਰ ਨਹੀਂ ਹੋ ਰਿਹਾ ਦੇਖ ਲਓ ਮੈਂ ਆਇਆ ਨਾ ਹੁਣ ਇਹਨੂੰ ਇਹ ਹੋ ਗਿਆ ਵੀ ਮੈਨੂੰ ਵੀ ਬਾਹਰ ਕੱਢ ਲੇ ਸੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਐਂਡ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਅਤੇ ਹੋਪ ਕਰਦਾ ਤੁਸੀਂ ਮੈਨੂੰ ਇੱਦਾਂ ਹੀ ਸਪੋਰਟ ਕਰਦੇ ਰਹੋਗੇ ਸੋ ਲਾਸਟ ਵੀਡੀਓ 'ਤੇ ਆਪਣਾ ਸਪੋਰਟ ਜਿਹੜਾ ਤੁਸੀਂ ਘੱਟ ਦਿਖਾਇਆ ਬਾਈ ਉਹਦੇ ਵਿਊ ਆ ਗਏ ਨਹੀਂ ਇੰਨੇ ਸੋ ਚਲੋ ਕੋਈ ਗੱਲ ਨਹੀਂ ਚੱਲ ਪੈਂਦਾ ਇੱਦਾਂ ਦਾ ਕੰਮ ਕੋਈ ਡਿਫਰੈਂਟ ਕਰਨ ਦੀ ਆਪਾਂ ਸੋਚ ਰੱਖਦੇ ਹਾਂ ਪਰ ਕਈ ਵਾਰ ਚਲੋ ਨਹੀਂ ਪਸੰਦ ਆਉਂਦੀ ਆ ਜਿੱਦਾਂ ਵੀ ਹੈ ਪਰ ਅਗਰ ਚੀਜ਼ ਪਸੰਦ ਆ ਰਹੀ ਹੈ ਤਾਂ ਜ਼ਰੂਰ ਦੱਸਿਆ ਕਰੋ ਵੀਰ ਅਗਰ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਤਾਂ ਕਿ ਅੱਗੇ ਤੋਂ ਆਪਾਂ ਸੁਧਾਰ ਸਕੀਏ ਉਹਨੂੰ ਸੋ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਅਤੇ ਹੁਣ ਕਰਦੇ ਹਾਂ ਇਸ ਵੀਡੀਓ ਦਾ ਐਂਡ।